ਸਤਿਗੁਰ ਮਿਲਿਆ ਹੁਕਮ ਬੁੱਝੀਐ ਤਾਂ ਕੋ ਆਵੈ ਰਾਸ। ਗੱਲ ਮਾਸ ਮਾਸ ਕਰਨ ਦੀ ਨਹੀਂ ਹੈਗੀ, ਮੈਂ ਤਾਂ ਮਾਸ ਸਾਰਾ ਕੁਛ ਹੀ ਮਾਸ ਹੀ ਹੈ। ਸਤਿਗੁਰੂ ਦੇ ਮਿਲਿਆ ਹੀ ਕਰਤਾਰ ਦਾ ਹੁਕਮ ਮੰਨਣਾ ਸਮਝੀਦਾ, ਤਾਂ ਹੀ ਕੋਈ ਕਰਮ ਕੀਤਾ ਹੋਇਆ ਰਾਸ ਆਉਂਦਾ, ਤਾਂ ਹੀ ਕੋਈ ਸੱਚ ਵਿੱਚ ਆਉਂਦਾ। ਆਪ ਛੋਟੇ ਨਹਿ ਛੂਟੀ ਹੈ ਨਾਨਕ ਬਚਨ ਵਿਨਾਸ਼। ਮਹਾਰਾਜ ਕਥਨ ਕਰਦੇ ਹੈ, ਜੇ ਇਹ ਹੰਕਾਰ ਵਿੱਚ ਕਹਿੰਦਾ ਰਹੇ ਕਿ ਮੈਂ ਆਪ ਛੁੱਟ ਗਿਆ ਮੈਂ ਬਚ ਗਿਆ, ਤਾਂ ਉਹ ਕਦੇ ਨਹੀਂ ਛੁੱਟ ਸਕਦਾ। ਸਗੋਂ ਇਸ ਤਰ੍ਹਾਂ ਦੇ ਬਚਨ ਆਖਣ ਵਾਲੇ ਦਾ ਛੇਤੀ ਹੋਈ ਵਿਨਾਸ਼ ਹੁੰਦਾ, ਨਾਸ ਹੁੰਦਾ। ਇਸ ਕਰਕੇ ਤੁਸੀਂ ਜਿਹੜੀ ਚੀਜ਼ ਨੂੰ ਮਹਾਰਾਜ ਕਹਿੰਦੇ ਸਿੱਧ ਕਰਦੇ ਹੋ, ਬਈ ਮਾਸ ਹੁੰਦਾ ਕੀ ਅਸਲ ਵਿੱਚ, ਕਿਉਂਕਿ ਮਾਸ ਤਾਂ ਸਾਰੀ ਦੁਨੀਆ ਤੁਰੀ ਹੋਈ ਫਿਰਦੀ ਹੈ। ਹਰੇਕ ਜਾਨਵਰ ਨੂੰ ਮਾਸ ਹੀ ਹੈ, ਬੰਦੇ ਨੂੰ ਮਾਸ ਹੀ ਹੈ। ਮਾਸ ਮਾੜਾ ਨਹੀਂ, ਮਾਸ ਦਾ ਤਾਂ ਸਰੀਰ ਹੈ ਆਪਣਾ। ਮਾਸ ਮਾੜਾ ਨਹੀਂ, ਮਾਸ ਖਾਣਾ ਮਾੜਾ ਕਿਹਾ, ਗੱਲ ਨੂੰ ਸਮਝਿਆ ਕਰੋ। ਹੁਣ ਜਿਹੜਾ ਦਸਵੇਂ ਪਾਤਸ਼ਾਹ ਨੇ ਕਿਹਾ ਸੀ ਕਿ ਸਾਡੇ ਬਾਜ ਨੂੰ ਕੋਈ ਮਾਸ ਖਵਾਓ, ਸਾਡਾ ਬਾਸ ਮਾਸਾਹਾਰੀ ਹੈ, ਇੱਕ ਸਿੱਖ ਨੇ ਪੱਟ 'ਚੋਂ ਮਾਸ ਕੱਢ ਕੇ ਖਵਾ ਤਾ। ਸਤਿਗੁਰੂ ਕਹਿੰਦੇ ਨਿਹਾਲ ਨਿਹਾਲ। ਉਸ ਤੋਂ ਬਾਅਦ ਇੱਕ ਸਿੱਖ ਨੇ 2000 ਰੁਪਈਆ ਲਿਆ ਕੇ ਦਸਵੰਧਾ ਰੱਖਿਆ। ਮਹਾਰਾਜ ਕਹਿੰਦੇ ਤੇਰੀਆਂ 21 ਕੁਲਾਂ ਤਨ, ਤੈਨੂੰ ਬ੍ਰਹਮ ਗਿਆਨ ਹੋਵੇ, ਤੇਰਾ ਆਹ ਹੋਵੇ, ਤੇਰਾ ਹੋਵੇ। ਉਹ ਜਿਹਨੇ ਮਾਸ ਖਵਾਇਆ ਉਹ ਕਹਿੰਦਾ ਮਹਾਰਾਜ ਮੈਂ ਪੱਟ ਦਾ ਮਾਸ ਕੱਢ ਕੇ ਬਾਜ ਨੂੰ ਰੱਖਿਆ, ਮੈਨੂੰ ਤੁਸੀਂ ਇੱਕੋ ਵਾਰ ਕਿਹਾ ਨਿਹਾਲ, ਅਤੇ ਆਹ ਜਿਹਨੇ ਲਿਆ ਕੇ 2000 ਰੁਪਇਆ ਰੱਖਿਆ ਇਹਨੂੰ ਇੰਨੇ ਵਰ ਦਿੱਤੇ, ਤੁਸੀਂ ਇਹ ਕੀ ਕਾਰਨ ਹੈ? ਮਹਾਰਾਜ ਕਹਿੰਦੇ ਉਹਨੇ ਜਿਗਰ ਦਾ ਮਾਸ ਦਿੱਤਾ, ਤੂੰ ਪੱਟ ਦਾ ਮਾਸ ਦਿੱਤਾ। ਇਹੜਾ ਰੁਪਈਆ ਹੈ, ਇਹ ਵੀ ਤਾਂ ਮਾਸ ਹੀ ਹੈ, ਇਹ ਜਿਗਰ ਦਾ ਮਾਸ ਹੈ। ਜਦ ਆਪਾਂ ਲੋਕ ਦੂਜੇ ਦੇ ਪੈਸੇ ਖਾਂਦੇ ਹਾਂ, ਦੱਬ ਜਾਂਦੇ ਹਾਂ, ਅਗਲੇ ਤੋਂ ਪੈਸੇ ਲੈ ਕੇ ਮੁੱਕਰ ਜਾਂਦੇ ਹਾਂ, ਇਹ ਵੀ ਤਾਂ ਮਾਸ ਹੀ ਖਾਣ ਵਾਲੀ ਗੱਲ ਹੈ। ਅਗਲੇ ਨੇ ਮਸਾਂ ਕਮਾਇਆ ਹੁੰਦਾ, ਜੋ ਖੂਨ ਪਸੀਨੇ ਦੀ ਕਮਾਈ ਖਾ ਜਾਣੀ ਅਗਲੇ ਦੀ, ਇਹ ਵੀ ਤਾਂ ਮਾਸ ਹੀ ਹੈ। ਸੰਗਤ ਮਸਾਂ ਲਿਆ ਲਿਆ ਕੇ ਗੋਲਕ 'ਚ ਪਾਉਂਦੀ ਹੈ, ਖੂਨ ਪਸੀਨੇ ਦੀ ਕਮਾਈ ਹੈ, ਦਸਵੰਧ ਕੱਢਦੀ ਹੈ, ਜਿਹੜਾ ਉਹਨੂੰ ਖਾ ਜਾਂਦੇ ਉਹ ਵੀ ਤਾਂ ਮਾਸ ਹੀ ਖਾਂਦੇ। ਅਤੇ ਜੇ ਊਂ ਇਸ ਪ੍ਰਕਾਰ ਸਤਿਗੁਰੂ ਕਹਿੰਦੇ ਨੇ ਪਹਿਲਾਂ ਮੇਰੇ ਜਿਹੜਾ ਸਿਧਾਂਤ ਨੂੰ ਸਮਝੋ ਕੀ ਹੈ।